ਹਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਡਿਸ਼ ਚੈਨਲ 'ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਹੁਤ ਹੀ ਸਿੰਪਲ ਜਿਹਾ ਸੌਖੇ ਜਿਹਾ ਤਰੀਕੇ ਦੇ ਨਾਲ ਆਲੂ ਗਾਜਰ ਦੀ ਟੇਸਟੀ ਜਿਹੀ ਸਬਜ਼ੀ ਫਟਾਫਟ ਬਣਾ ਕੇ ਤਿਆਰ ਕਰਦੇ ਹਾਂ ਬਿਲਕੁਲ ਸਿੰਪਲ ਸੌਖੇ ਤਰੀਕੇ ਨਾਲ ਵੀਡੀਓ ਨੂੰ ਸਕਿਪ ਨਾ ਕਰਿਓ ਜੀ ਪਲੀਜ਼ ਵੀਡੀਓ ਨੂੰ ਪੂਰੀ ਦੇਖਿਆ ਕਰੋ ਤਾਂ ਹੀ ਰੈਸਪੀ ਆਪਾਂ ਨੂੰ ਪਤਾ ਲੱਗਦੀ ਆ ਕਿ ਕਿਸ ਤਰ੍ਹਾਂ ਬਣਾਈ ਆ ਤੇ ਇੱਧਰ ਕੜਾਹੀ ਰੱਖੀ ਤੇਲ ਪਾਇਆ ਤੇਲ ਗਰਮ ਹੋਇਆ ਜੀਰਾ ਪਾ ਦਿੱਤਾ ਜੀਰਾ ਵੀ ਤੜਕ ਗਿਆ ਥੋੜੀ ਇਹ ਹਿੰਗ ਆ ਜੀ ਆਪਾਂ ਹਿੰਗ ਪਾਈ ਆ ਹਿੰਗ ਤੜਕ ਗਈ ਆਪਣੀ ਚੰਗੀ ਤਰ੍ਹਾਂ ਤੇ ਹੁਣ ਆਪਾਂ ਪਿਆਜ਼ ਜਿਹੜੇ ਦੋ ਤਿੰਨ ਕੱਟੇ ਹੋ ਆ ਉਹ ਆਪਾਂ ਪਾ ਦਨੇ ਬਿਲਕੁਲ ਸਿੰਪਲ ਜਿਹੇ ਤਰੀਕੇ ਦੇ ਨਾਲ ਆਪਾਂ ਛੋਟੀ ਜਿਹੀ ਰੱਖ ਕੇ ਵੀਡੀਓ ਜਿਹੜੀ ਆ ਆਲੂ ਆਲੂ ਗਾਜਰ ਦੀ ਸਬਜੀ ਬਣਾ ਕੇ ਫਟਾਫਟ ਤਿਆਰ ਕਰ ਲੈਣੀ ਆਪਾਂ ਪਿਆਜ਼ ਨੂੰ ਭੁੰਨ ਲੈਨੇ ਚੰਗੀ ਤਰ੍ਹਾਂ ਤੇ ਦੇਖੋ ਜੀ ਪਿਆਜ਼ ਆਪਣਾ ਜਿਹੜਾ ਲਾਲ ਹੋ ਚੁੱਕਿਆ ਆ ਹੁਣ ਇਹਦੇ ਵਿੱਚ ਆਪਾਂ ਟਮਾਟਰ ਦੇਖੋ ਦੋ ਤਿੰਨ ਟਮਾਟਰ ਤੇ ਹਰੀਆਂ ਮਿਰਚਾਂ ਤਿੰਨ ਚਾਰ ਤੇ ਮੇਥੇ ਹਰੀ ਮੇਥੇ ਜਿਹੜੇ ਉਹ ਇਹ ਆਪਾਂ ਸਾਰੀਆਂ ਚੀਜ਼ਾਂ ਕੱਟ ਕੇ ਜਿਹੜੀਆਂ ਆ ਪਾ ਦਿੱਤੀਆਂ ਟਮਾਟਰ ਹਰੀ ਮਿਰਚ ਤੇ ਮੇਥੇ ਕੱਟ ਕੇ ਪਾ ਦਿੱਤੇ ਮਿਕਸ ਕਰ ਦਿੰਨੇ ਇਹਨਾਂ ਨੂੰ ਮਿਕਸ ਕਰਕੇ ਤੇ ਇਹਨਾਂ ਦੇ ਉੱਤੇ ਆਪਾਂ ਪਾ ਦੇਣਾ ਜੀ ਨਮਕ ਤਾਂ ਕਿ ਟਮਾਟਰ ਜਿਹੜੇ ਗਲ ਜਾਣ ਜਲਦੀ ਜਲਦੀ ਪੱਕ ਜਾਣ ਸੌਫਟ ਹੋ ਜਾਣ ਇਸ ਕਰਕੇ ਆਪਾਂ ਨਮਕ ਜਿੰਨਾ ਕ ਆਪਾਂ ਨੂੰ ਸਬਜ਼ੀ ਵਿੱਚ ਚਾਹੀਦਾ ਉਹ ਮੈਂ ਨਮਕ ਆਪਾਂ ਪਹਿਲੇ ਪਾ ਦਿੱਤਾ ਹੈ ਤੇ ਮਿਕਸ ਕਰ ਦੰਨੇ ਇਹਨਾਂ ਨੂੰ ਮਿਕਸ ਕਰਕੇ ਸੇਕ ਘੱਟ ਕਰਕੇ ਇਹਨਾਂ ਨੂੰ ਟੱਕ ਦਣਾ ਹੈ ਆਪਾਂ ਤੇ ਟਮਾਟਰ ਜਿਹੜੇ ਇਹਦੇ ਨਾਲ ਫਟਾਫਟ ਪੱਕ ਜਾਂਦੇ ਆ ਨਮਕ ਦੇ ਨਾਲ ਇਸ ਕਰਕੇ ਆਪਾਂ ਪਹਿਲੇ ਰਲਾ ਦਿੱਤਾ ਹੈ ਦੇਖੋ ਜੀ ਟੱਕ ਦਿੱਤਾ ਸੀ ਅਦਰਕ ਲਸਣ ਦਾ ਪੇਸਟ ਪਾ ਦਿੱਤਾ ਹੈ ਮਿਕਸ ਕਰਤਾ ਹੈ ਹੁਣ ਇਹਨੂੰ ਤੇ ਟਮਾਟਰ ਆਪਣੇ ਪੱਕ ਗਏ ਉਹਨਾਂ ਨੂੰ ਆਪਾਂ ਫੇਨ ਦਿੱਤਾ ਹੈ ਚੰਗੀ ਤਰ੍ਹਾਂ ਤੇ ਹੁਣ ਇਹ ਚਾਪਾ ਪਾਉਨੇ ਜੀ ਮਸਾਲੇ ਧਨੀਆ ਪਾਊਡਰ ਤੇ ਜੀਰਾ ਪਾਊਡਰ ਲਾਲ ਮਿਰਚ ਕਲਰ ਵਾਸਤੇ ਹੀ ਆ ਕੋੜੀ ਨਹੀਂ ਹੁੰਦੀ ਇਹ ਹਲਦੀ ਨਮਕ ਆਪਾਂ ਪਹਿਲਾਂ ਪਾ ਦਤਾ ਹੈ ਤੇ ਮਿਕਸ ਕਰ ਦਨੇ ਮਸਾਲਿਆਂ ਨੂੰ ਪੱਕ ਜਾਣ ਚੰਗੀ ਤਰ੍ਹਾਂ ਇਹ ਵੀ ਮਸਾਲਿਆਂ ਨੂੰ ਮਿਕਸ ਕਰਕੇ ਢੱਕਤਾ ਸੀ ਆਪਾਂ ਦੇਖੋ ਜੀ ਕਲਰ ਬਹੁਤ ਵਧੀਆ ਬਣ ਗਿਆ ਇਹਦਾ ਤੇ ਆਲੂ ਤੇ ਗਾਜਰਾਂ ਜਿਹੜੀਆਂ ਆਪਾਂ ਕੱਟ ਕੇ ਧੋ ਕੇ ਰੱਖੀਆਂ ਸੀ ਇੱਕ ਜਾਲੀ ਦੇ ਵਿੱਚ ਤੇ ਮਿਕਸ ਕਰ ਦੰਨੇ ਇਹਨਾਂ ਨੂੰ ਮਿਕਸ ਕਰਕੇ ਘੱਟ ਸੇਕ ਦੇ ਉੱਤੇ ਆਪਾਂ ਪਕਾਉਣਾ ਕਿਉਂਕਿ ਆਪਾਂ ਪਾਣੀ ਵਗੈਰਾ ਇਹਦੇ ਵਿੱਚ ਨਹੀਂ ਪਾਉਣਾ ਤੇ ਐਸੀ ਤਰ੍ਹਾਂ ਬਸ ਇਹਨਾਂ ਨੂੰ ਪਕਾਉਣਾ ਆ ਸੇਕ ਘੱਟ ਕਰ ਦੇਣਾ ਕਿਉਂਕਿ ਅੱਜ ਕੱਲ ਥੋੜੀ ਜਿਹੀ ਗਾਜਰ ਜਿਹੜੀ ਹਾਰਡ ਹੋ ਜਾਂਦੀ ਆ ਜਿਆਦਾ ਸੌਫਟ ਨਹੀਂ ਹੁੰਦੀ ਤੇ ਹੁਣ ਇਹ ਤਾਂ ਜਿਹੜਾ ਸੀਜ਼ਨ ਆ ਆਫ ਹੋਈ ਜਾਂਦਾ ਐ ਇਸ ਕਰਕੇ ਗਾਜਰ ਜਿਹੜੀ ਥੋੜੀ ਜਿਹੀ ਸਖਤ ਆਣ ਲੱਗੀ ਆ ਤੇ ਦੇਖੋ ਆਪਾਂ ਆਲੂ ਗਾਜਰਾ ਜਿਹੜੀਆਂ ਟੁੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹਨਾਂ ਨੂੰ ਆਪਾਂ ਟੱਕ ਦਾਣਾ ਘੱਟ ਸੇਕ ਦੇ ਉੱਤੇ ਦੇਖੋ ਦੇਖਣ ਨੂੰ ਕਿੰਨਾ ਵਧੀਆ ਸਬਜ਼ੀ ਦਾ ਜਿਹੜਾ ਕਲਰ ਲੱਗਦਾ ਐ ਤੇ ਜਦੋਂ ਪੱਕ ਜਾਣਾ ਐ ਫਿਰ ਹੋਰ ਵੀ ਵਧੀਆ ਹੋ ਜਾਣਾ ਟੱਕਤੀਆਂ ਜੀ ਤੇ ਲਓ ਜੀ ਮੈਂ ਦੋ ਤਿੰਨ ਵਾਰੀ ਜਿਹੜਾ ਦੋ ਵਾਰੀ ਆਪਾਂ ਗਾਜਰਾਂ ਨੂੰ ਸਬਜੀ ਨੂੰ ਚੈੱਕ ਕਰ ਲਿਆ ਸੀ ਵਿੱਚ ਤਾਂ ਕਿ ਥੱਲੇ ਨਾ ਲੱਗੇ ਤੇ ਗਾਜਰਾਂ ਵੀ ਆਲੂ ਵੀ ਆਪਣੀ ਜਿਹੜੀ ਸਬਜੀ ਪੱਕ ਕੇ ਆਨ ਤਿਆਰ ਹੋ ਗਈ ਆ ਮੈਂ ਤੁਹਾਨੂੰ ਇੱਕ ਕੱਟ ਕੇ ਦਿਖਾ ਲ ਦੰਨੀ ਆ ਇਦਾਂ ਤੇ ਦੇਖੋ ਆਲੂ ਵੀ ਆਪਣੇ ਪੱਕ ਗਏ ਹੋ ਤੇ ਗਾਜਰ ਦਾ ਪੀਸ ਵੀ ਆਪਾਂ ਕੱਟ ਲਾਣੇ ਦੇਖੋ ਗਾਜਰਾਂ ਵੀ ਪੱਕ ਗਈਆਂ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਗਰਮ ਮਸਾਲਾ ਪਾ ਦੰਨੇ ਤੇ ਹਰਾ ਧਨੀਆ ਪਾ ਦੰਨੇ ਆ ਪਾ ਕੇ ਮਿਕਸ ਕਰ ਦੰਨੇ ਆ ਤੇ ਸਬਜੀ ਆਪਣੀ ਜਿਹੜੀ ਤਿਆਰ ਹੋ ਗਈ ਆ ਬਣ ਕੇ ਤੇ ਫਿਰ ਆਪਾਂ ਇੱਕ ਡੋਂਗੇ ਦੇ ਵਿੱਚ ਸਰਵ ਕਰਕੇ ਤੁਹਾਨੂੰ ਪਾ ਕੇ ਦਿਖਾ ਲ ਦਨੇ ਆ ਦੇਖੋ ਆਲੂ ਗਾਜਰਾਂ ਦੀ ਜਿਹੜੀ ਸਿੰਪਲ ਜਿਹੇ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਸਬਜੀ ਬਣ ਕੇ ਤਿਆਰ ਹੋ ਗਈ ਫਟਾਫਟ ਆਪਣੀ 스멜 ਬਹੁਤ ਵਧੀਆ ਆਂਦੀ ਆ ਜਰੂਰ ਟਰਾਈ ਕਰਿਓ ਨਵੇਂ ਵੀਰ ਜਿਹੜੇ ਜੋੜਦੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਇੱਕ ਡੋਂਗੇ ਦੇ ਵਿੱਚ ਆਪਾਂ ਸਬਜੀ ਜਿਹੜੀ ਕੱਢ ਲਈ ਆ ਤੇ ਦੇਖੋ ਆਪਣੀ ਸਬਜੀ ਜਿਹੜੀ ਸਿੰਪਲ ਤਰੀਕੇ ਦੇ ਨਾਲ ਆਲੂ ਗਾਜਰਾਂ ਦੀ ਸਬਜੀ ਬਣ ਕੇ ਹੋ ਗਈ ਆ ਤਿਆਰ ਤੁਸੀਂ ਵੀ ਜਰੂਰ ਟਰਾਈ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਡੀ ਸਬਜੀ ਮੇਰੇ ਤਰੀਕੇ ਨਾਲ ਬਣਾਈ ਕਿਦਾਂ ਦੀ ਬਣੀ ਆ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ